जाओ भी काके, दरवाजा खोलो बेटा, देखो कौन आया है। कौन है? दरवाजा ना खोला काफी देर का। अस्सलाम वालेकुम बेटा, क्या हाल है? अस्सलाम वालेकुम आंटी, किससे मिल रहे हैं आपने? आपा से मिल रहे हैं। ले आपा के पास मिले। अस्सलाम वालेकुम, की हाल है? ठीक हो? दसो। वालेकुम सलाम सलमा, ठीक है? चल बैठ जा शाबाश। हां जी, आपकी खैर ना आई है? बस खैर ही है बेटा। अच्छा जी सलमा, तेरी मां का की हाल चाल है? बस माँ भी ठीक ही है। थोड़ी माँ का की हाल? अपा जी चाय पानी कोई बोतल शोतल लेके आवो? मैं नहीं बेटा, बस पानी पिला दे तेरा, वही बस रहमत तेरी। हाँ भी सलमा, आज प्लेट फड़ी हुई है, बर्तन फड़े है, खैर है? बाजी वो मेरे घर चीनी खत्म हो गई सी, ते इस वास्ते ना चीनी मेनू चाहिदी हैगी है। चीनी तो साढ़े अपने मुक्की हुई है, ये प्यो ने मैं कई दफा, काकी के प्यो ने मैं कई दफा कहा है कि जा चीनी लिया दो, चीनी लिया दो, कहने महंगाई बहुत हो गई है। सुभाष जी ने महंगाई बहुत करती है, बेटा भी एडिया एडिया लाइना लगिया होंगे, लोग बेहोश हो जाते हैं, उत्थे लोग मरण लग पेंदे है, मरे जाने गर्मी च बेचारे, तो बड़े बुरे हालात है। तो चीनी तो असं आप लियाने से काफी दिन हो गए, मैं हम सोचती पई हाँ कि किसी दिन यूटिलिटी स्टोर से जाऊंगी तो लाइन च ला के फिर चीनी लियानी पैनी है, वह भी दो किलो पता नहीं किलो देंगे है, हम देखा। साढ़े घर इस टाइम आ भूकी हुई हैगी है, तो सलमा तू कित होरों पता कर ला। ਤੁਸੀਂ ਕਹਿੰਦੇ ਪਏ ਪਹਿਲੇ ਪੁੱਛਦੇ, ਤੁਹਾਡਾ ਪਹਿਲੇ ਨੌਕਰ ਆ ਕੇ ਪੁੱਛਦੇ ਚਾਹ ਪਾਣੀ, ਬਾਅਦ ਚ ਤੁਸੀਂ ਕਹਿੰਦੇ ਚੀਨੀ ਨਹੀਂ ਗਈ, ਤੁਸੀਂ ਝੂਠ ਬਹੁਤ ਬੋਲਦੇ। ਬਾਜੀ ਮੈਂ ਤੁਹਾਡੇ ਨਾਲ ਨਾਰਾਜ਼ ਹੈਗੀ ਆ, ਬਸ ਬਹੁਤ ਹੋ ਗਿਆ ਹੁਣ। ਚੀਨੀ ਨਹੀਂ ਲਾਦੇ, ਮੈਂ ਪਾਣੀ ਪੀ ਗਈ। ਬਾਜੀ ਪਾਣੀ ਪੀ ਲੈ। ਉਹ ਮੈਂ ਵੀ ਪਾਣੀ ਪੀ ਲਿਆ, ਬਸ ਬਹੁਤ ਹੋ ਗਿਆ। ਚੀਨੀ ਤੁਸੀਂ ਜਿੱਦਾਂ ਕਿ ਡਰ ਜਾ ਰਹੀ, ਤੁਸੀਂ ਵੀ ਕਰ। ਹਾਲਾਤ ਜ਼ਮਾਨਾ ਹੀ ਖਰਾਬ ਹੋ ਗਿਆ ਵਾ। ਮਾਂ ਇੰਨੇ ਫੈਸ਼ਨ ਕਰਦੀ ਗਈ ਹੈ, ਧੀਆਂ ਇੰਨੇ ਰੰਗ ਬਿਰੰਗੇ ਫੈਸ਼ਨ ਕਰਦੀਆਂ ਗਿਆ, ਵੰਨ ਸੁਵੰਨੇ ਸੂਟ ਪਾਉਂਦੀਆਂ ਹੈਗੀਆਂ ਵਾ। ਫੈਸ਼ਨ ਜਿਹੜਾ ਵਾ ਦੁਨੀਆ 'ਤੇ ਹਜਾਇਆ ਨਹੀਂ ਹੁੰਦਾ, ਉਹਨਾਂ ਦਾ ਪਹਿਲੇ ਆ ਜਾਂਦਾ ਹੈਗਾ ਵਾ, ਅਤੇ ਚੀਨੀ ਲੈਣ ਵਾਸਤੇ ਮੂੰਹ ਚੁੱਕ ਆ ਜਾਂਦੇ ਹੈਗੇ। ਜ਼ਰਾ ਨਹੀਂ ਇਹ ਲੋਕਾਂ ਨੂੰ ਸ਼ਰਮ ਆਉਂਦੀ ਵੀ ਕੁਛ ਹਜਾ ਕਰ ਲੈਣ ਕਿ ਚੀਨੀ ਵੀ ਕੋਈ ਲੈਣ ਵਾਲੀ ਸ਼ਾਇਦ ਆਪਣੀ ਮੰਗਵਾ ਕੇ ਰੱਖ ਲੈਣ। ਹੈ ਖਾਮ ਕੇ ਲੋਕਾਂ ਨੂੰ ਸਾਨੂੰ ਸ਼ਰਮਿੰਦਾ ਕਰਨਾ ਹੁੰਦਾ ਵਾ ਕਿ ਸਾਡੇ ਕੋਲ ਆ ਕੇ ਚੀਨੀ ਮੰਗਣ ਵਾਸਤੇ ਆ ਗਏ। ਭਲਾ ਹਮਸਾਇਆਂ ਦੇ ਇਹ ਥੋੜ੍ਹੀ ਹਕੂਕ ਹੁੰਦੇ ਹੈਗੇ ਕਿ ਆਪਣੇ ਘਰ ਸਾਰਾ ਕੁਛ ਹੋਣ ਦੇ ਬਾਵਜੂਦ ਲੋਕਾਂ ਕੋਲ ਮੰਗਣ ਚੱਲ ਜਾਂਦੇ ਹੈਗੇ, ਅਤੇ ਜਦੋਂ ਫੈਸ਼ਨ ਕਰਦੇ ਜਿਹੜੇ ਖਰਚੇ ਐਵੇਂ ਫਜ਼ੂਲ ਕਰਦੇ ਹੈਗੇ ਉਹਦੀ ਚੀਨੀ ਲੈ ਕੇ ਰੱਖ ਲੈਣ। ਕਹਿੰਦੇ ਜ਼ਲੀਲ ਲੋਕ ਕਿੱਦਾਂ ਦੇ ਹੈਗੇ, ਬਹੁਤ ਗੰਦੇ ਲੋਕ ਹੈਗੇ। ਹੁਣ ਤਾਂ ਲੋਕ ਜਿਹੜੇ ਉਹਨਾਂ ਨੂੰ ਸ਼ਰਮ ਆਈ ਹੋਈ ਖਤਮ ਹੋ ਗਈ ਹੈਗੀ। ਉਹਨਾਂ ਭੁੱਖਿਆਂ ਵਾਲਾ ਚੀਨੀ ਲੱਭੀ ਨਹੀਂ, ਹੁਣ ਮੈਂ ਆਪਣੀ ਇਸਤੇਮਾਲ ਕਰ ਦਿੰਦੀ ਹਾਂ, ਐਵੇਂ ਦੂਜਿਆਂ ਨੂੰ ਇਸਤੇਮਾਲ ਕਰਨੀ ਚਾਹੀਦੀ ਸੀ, ਐਵੇਂ ਆਪਣੀ ਜ਼ਾਇਆ ਕਰਦੀ ਪਈ ਹਾਂ, ਹੁਣ ਅਗਲੇ ਸਾਲ ਤੋਂ ਬੱਕਰ ਹਮਸਾਇਆ ਨਹੀਂ ਮੰਗਿਆਂਗੀ। ਚੀਨੀ ਤਾਂ ਬਹੁਤ ਪਈ ਸੀ, ਉਹ ਸਾਹਮਣੇ ਪਈ ਸੀ, ਤੇ ਮੈਂ ਨਾ ਏਦਾਂ ਕੀਤਾ, ਮੈਨੂੰ ਪਤਾ ਸੀ ਚੀਨੀ ਲੈਣ ਆਇਆ, ਮੈਂ ਉਹਦੇ ਜਿਹੜਾ ਕਵਰ ਸੀ ਉੱਤੇ ਚਵਾਤੀ ਤੇ ਚਾਬੀ ਲਾਤੀ। ਚਲੋ ਪੁੱਤ, ਇਹ ਤੇਰੀ ਮਿਹਰਬਾਨੀ।